ਸਤਿਕਾਲ ਜੀ, ਇੱਕ ਹੋਰ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਨਵੀਂ ਵੀਡੀਓ ਤੁਹਾਡਾ ਸਵਾਗਤ ਹੈ। ਹੋਰ ਸੁਣਾਓ, ਸਾਰੇ ਠੀਕ ਠਾਕ? ਅੱਜ ਨੀਮੇ ਬਾਈ ਦਾ ਆ ਗਿਆ ਸਵੇਰੇ ਸਵੇਰੇ ਫੋਨ, ਸੁਪਰ ਸੀਡਰ ਜੋੜਨਾ ਬਾਈ ਨੇ, ਰੂਟਾ ਵੀਟਰ ਬਣਾਇਆ ਵਾ ਸੀ ਉਹਦਾ। ਹੁਣ ਆਪਾਂ ਜਾ ਕੇ ਦੇਖਦੇ ਹਾਂ ਬਾਈ ਕੋਲ ਕੀ ਕਰ ਰਿਹਾ। ਮੈਂ ਉਹਨੂੰ ਕਿਹਾ ਸੀ ਮੈਂ ਰੋਟੀ ਪਾਣੀ ਖਾ ਕੇ ਆਉਣਾ, ਅਤੇ ਹੁਣ ਆਪਾਂ ਚੱਲਦੇ ਹਾਂ ਬਸ ਬਾਈ ਕੋਲ, ਅਤੇ ਦੇਖਦੇ ਹਾਂ ਚੱਲ ਕੇ। ਬਾਈ ਕੋਲ ਪਹੁੰਚ ਗਿਆ ਮੈਂ, ਨੀਮੇ ਕੋਲ। ਸੁਪਰ ਸੀਡਰ ਦਾ ਜਗਾੜਮੈਂਟ ਪਿਆ ਪਿੱਛੇ, ਮੂਹਰੇ ਤਾਮਾ ਜਾਮਾ ਹੀ ਬਹੁਤ ਪਿਆ ਬਾਈ ਦਾ। ਪੈਕਿੰਗ ਵੀ ਜਮਾ ਪੱਕੀ ਕਰ ਰੱਖੀ ਸੀ ਤੇ। ਹੋਰ ਯਾਰ, ਨਹੀਂ ਚੂ ਵੀ ਤਾਂ ਅੱਡ ਅੱਡ ਨੀ ਨਾ ਪੈਕ ਕਰਿਆ, ਇਕੱਠੇ ਹੀ ਕਰਦਾ ਨੀ। ਹੁਣ ਇਹਨੂੰ ਤਰਪਾਲ ਪਾਈ ਪਾਈ ਚੱਕ ਲੈਂਦੇ ਆਪਾਂ। ਹਾਂ, ਉਹੀ ਚੀਜ਼ ਹੋ ਗਈ ਨਾ, ਉਹਨੇ ਸਾਰਾ ਇਕੱਠਾ ਪੈਕਿੰਗ ਕਰਤੀ, ਹੁਣ ਇਹਨੂੰ ਆਪਾਂ ਨੂੰ ਖੋਲਣਾ ਪੈਣਾ ਐਤਕੀ। ਹਾਂ, ਆਹ ਚੀਜ਼ ਤਾਂ ਬਾਈ ਦੇਖੀ ਕਿੰਨਾ ਹੋਊਗਾ। ਹੋਰ ਆਪਾਂ ਤਾਂ ਚਲਾਈ ਜਾਂਦੇ ਇਹਨੂੰ ਫਿਰ ਵੀ, ਫੁੱਲ ਕੰਮ ਇਹਦਾ ਵੀ ਆਪਣਾ, ਦੋ ਚੀਜ਼ਾਂ ਦਾ ਕੰਮ ਹੋਈਦਾ। ਚਲੋ ਬਾਬਾ ਕਿਰਪਾ ਰੱਖੇ। ਹੁਣ ਲੈ ਕੇ ਜਾਣਾ ਆਪਣੇ ਵਾਲਾ ਟਰੈਕਟਰ, ਉੱਥੇ ਮੂਹਰੇ ਹੈਪੀ ਸੀਡਰ ਖੜਾ, ਬਾਈ ਵਾਲਾ ਰੂਟਾਵੀਟਰ 'ਚ ਜੁੜਿਆ ਵਾ। ਆਪਾਂ ਫੋੜ ਲੈ ਚੱਲਦੇ ਹਾਂ, ਇਹਦੇ ਨਾਲ ਚੱਕ ਕੇ ਹੈਪੀ ਸੀਡਰ ਪਰਾਂ ਕਰ ਦਾਂਗੇ, ਫਿਰ ਉਹ ਜੁੜੂਗਾ। ਸੁਪਰ ਸੀਡਰ ਦਾ ਸਮਾਨ ਦਿਖਾਉਣੇ ਹੁਣ ਤੁਹਾਨੂੰ, ਚੱਲ ਕੇ ਨਾਲ ਉੱਥੇ। ਫਿਰ ਅੱਗੇ ਪਹਿਲਾਂ ਤਾਂ ਆਪ ਲੋਹੇ ਵਾਲਾ, ਉਹ ਦੂਆ ਲੱਕੜ ਵਾਲਾ, ਉਹ ਪਰਾਂ ਕਰੇ, ਹੁਣ ਇਹਨੂੰ ਜੋੜ ਰਹੇ ਹਾਂ ਹੈਪੀ ਸੀਡਰ ਨੂੰ। ਨਿਕੜਾ ਵਿੱਚ ਤੇ ਦਸ਼ਮੇਸ਼ ਸਾਫ ਪਿਆ ਜਮੀ ਯਾਰ, ਰੋਕਿਆ ਕੰਮ ਢਕੇ ਦਾ ਬਾਈ, ਫਾਇਦਾ ਤਾਂ ਹੁੰਦਾ ਸੰਦ ਦਾ। ਸਾਰਾ ਤੈਨੇ ਕੱਢ ਤਿਆ ਜੋ, ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਘੁਲਦੇ ਨੇ ਇਹਦੇ ਨਾਲ, ਘੰਟਾ ਹੀ ਹੋ ਗਿਆ ਬਈ ਇਹਨੂੰ ਤਾਂ। ਬਸ ਕੱਲਾ ਆਹੀ ਔਖਾ ਕਰਦਾ ਇਹਦਾ ਸਰੀਆ ਜਿਹਾ ਯਾਰ, ਬਾਕੀ ਤਾਂ 10-15 ਮਿੰਟ ਦਾ ਕੰਮ ਆ, ਬਾਕੀ ਦਾ ਲੱਡੇ ਕਸਣੇ ਫਿਰ ਤਾਂ, ਮਸ਼ੀਨ ਉੱਪਰ ਰੱਖਣੀ ਆ, ਬਾਕੀ ਰੁੱਲਾ ਆ ਪਿੱਛੇ ਵਾਲਾ ਨਾਲ ਲਾਉਣਾ, ਮਿੰਟ ਲੱਗਦਾ। ਫਿਰ ਕਰਤਾ ਮੋਰਚਾ ਫਤਿਹ, ਹੋਰ ਇਹਦਾ ਫਤਿਹ ਹੋ ਗਿਆ। ਕੋਈ ਲੋਹਾ ਨਾ ਬਈ ਹੱਥ 'ਚ ਖਾ ਲਈ, ਨਾ 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 ਆਹ ਕੰਮ ਨਾ ਕਰ ਕੱਪੜੇ ਨਾਲ ਤੂੰ ਹੀ, ਜੇ ਕਈ ਵਾਰ ਕੋਈ ਸੜਤ ਉੱਠੀ ਹੋਈ ਨਾ ਲੋਹੇ ਦੀ ਹੱਥ 'ਚ ਲੰਘ ਜੂਗੀ। ਅੱਜ ਗਾੜ ਲਾਇਆ ਦਾ ਸੀ ਪੀਪੀ ਵਾਲਾ, ਪਾਣੀ ਇਹਦੇ ਨਾਲ ਫਟਾਫਟ ਉੱਤਰ ਗਿਆ ਕੰਮ। ਹਾਂ, ਮਸ਼ੀਨ ਤਾਂ ਰੱਖਤੀ ਉੱਪਰ, ਤਿੰਨਾਂ ਨਹੀਂ ਰੱਖਤੀ, ਡਿਸਕਾਂ ਬੜੀਆਂ ਮੋਸ ਰੱਖੀਆਂ ਬਾਈ ਯਾਰ। ਚੱਲ ਬਾਅਦ 'ਚ ਖੋਲ ਕੇ ਕਰ ਲਾਂਗੇ, ਹੈ ਨਾ, ਖੋਲ ਕੇ ਸੈਟਿੰਗ ਹੋ ਜੂਗੀ ਤਾਂ ਇਹਨਾਂ ਦੀ। ਰੁੱਲੇ ਦਾ ਕੰਮ ਤਾਂ ਆਪਾਂ ਬਾਈ ਪਿੱਛੇ ਕਰਾਇਆ ਤਾਂ, ਦੇਖਿਓ ਟਿਲ ਟੁਲ ਤਾਂ ਨਹੀਂ ਪਈ। ਤਿੰਨ ਨਟ ਪੈਂਦੇ ਨੇ ਰੁੱਲੇ ਦੇ, ਰੁੱਲੇ ਤੋਂ ਬਾਅਦ ਹੈਗੀਆਂ ਨੇ ਡਿਸਕਾਂ, ਉਹ ਪਈਆਂ ਨੇ, ਫਿਰ ਇੱਕ ਰੁੱਲੇ ਹੈ, ਇੱਕ ਦਾ ਹੀ ਉਹਦਾ ਪਕਮਾਈ ਆ ਜਿਹੜੀ। ਹਾਂ, ਬਾਕੀ ਉਹ ਕਰਕਾਬਾਂ ਢਿੱਲੀਆਂ ਕਰਕੇ ਸਿੱਧੀਆਂ ਹੋ ਜਾਣਗੀਆਂ ਜਿਹੜੀਆਂ ਸੈੱਡਾਂ ਵਾਲੀਆਂ। ਹਾਂ, ਵਾਪਸ ਕਰਦੇ ਹਾਂ ਹੁਣ ਫੋਟੋ, ਇੱਕ ਐਡਲ ਵਾਲਾ ਭੁੱਲ ਗਏ ਸੀ ਕਿੱਥੇ ਲੱਗੂਗਾ, ਜਿਹੜਾ ਇੱਧਰ ਚੈਨ ਵਾਲਾ ਉਰੇ ਐਡਲ ਲੱਗਦਾ ਹੁੰਦਾ, ਚੈਨ ਘਸਣ ਨੂੰ, ਕਿੱਥੇ ਉਹ ਪਿਆ, ਉਹ ਯਾਦ ਨਹੀਂ ਆ ਰਿਹਾ, ਉਰੇ ਨਹੀਂ ਲੱਗਦਾ ਬਾਈ, ਉਰੇ ਨਹੀਂ ਲੱਗਦਾ। ਹਾਂ, ਉਰੇ ਹੀ ਲੱਗੂਗਾ, ਉਰੇ ਨਹੀਂ ਲੱਗਦਾ, ਉਰੇ ਲਵੇ ਆ ਜੂਗਾ ਯਾਰ, ਬਹੁਤ ਉਰੇ ਹੋਊਗਾ। ਸਪਰਿੰਗ ਹੈ ਨਹੀਂ, ਆ ਵੀ ਕਸਤੇ ਟਾਪੇ ਜੇ, ਇੱਧਰ ਆ ਇੱਕ ਹੋਰ ਲਾਤਾ ਗੋਡਾ ਜਿਹਾ ਜਿਹਦੇ ਪਰ ਪਹੀਆ ਆ ਕੇ ਟਿਕਦਾ ਆਲਾ, ਜਿਹੜਾ ਭਾਈ ਐਡਲ ਜੇ ਵਾਲਾ ਚੱਕਰ ਪੈ ਗਿਆ ਸਾਨੂੰ, ਆਹ ਪੱਤੀ ਖੋ ਗਈ ਦੀ ਐਡਲ ਵਾਲੀ ਦੂਏ ਵਾਲੀ, ਹੁਣ ਫਿਰ ਸਮਝ ਆਇਆ, ਫਿਰ ਦਿਮਾਗ 'ਚ ਆਇਆ ਗੱਲ, ਯਾਦ ਕਰਿਆ ਵੀ ਕੁਛ ਨਾ ਕੁਛ ਵੀ ਰਹਿ ਗਿਆ, ਮਿਸ ਹੋ ਗਿਆ ਆਪਾਂ ਤੋਂ, ਸੈਡਮ ਗਿਰੀ ਪਈ ਸੀ ਇੱਧਰ। ਹਾਂ, ਹੁਣ ਇਹ ਸਿਸਟਮ ਹੈ, ਕਰੀ ਬਾਈ ਇਹਨੂੰ ਲੋਟ, ਬਾਕੀ ਖੜੇ ਹੋਏ ਇਹਨੂੰ। ਹਾਂ ਵਾਲੀ, ਹਾਂ ਹਾਂ, ਬਾਕੀ ਫਿੱਟ ਕੇ ਸਪਰਿੰਗ ਪੈ ਜਾਣਾ, ਪੂਰੇ ਸਪਰਿੰਗ ਪਊਗਾ, ਇਹਨੇ ਚੈਨ ਟਾਈਟ ਕਰਤੀ, ਆਹ ਚੈਨ ਇਹਨੇ ਟਾਈਟ ਕਰ ਲਈ, ਬੜੀ ਚੈਨ ਆਏ ਨੇ ਐਡਲ ਨੇ ਨਾਲ, ਬਾਕੀ ਤੁਹਾਨੂੰ ਫਿੱਟ ਕਰਕੇ ਫੇਰ ਦਿਖਾਉਣੇ ਅੱਗੇ। ਆਪਣੇ ਮੌਸਮ ਵੀ ਪੂਰਾ, ਹਵਾ ਜੀ ਚੱਲ ਰਹੀ ਆ, ਪਰ ਫਰਕ ਧੁੱਪ ਚਲੋ ਗਈ ਆ, ਮੌਸਮ ਨੈਚੁਰਲੀ ਠੰਡਾ ਜਿਹਾ ਹੋ ਜਾਂਦਾ ਇੰਨੇ 'ਚ।
धुप्प का सेक घट गया, रब ने देखा भी गर्मी गर्मी मुंडे ज्यादा हो रहे हैं कि नहीं, ठंडा करता बाबे ने। डिस्क जिया का लागे करन, एदा भी बैरिंग खराब है सिरे वाली का। चलो ये तो सर जाता, रीपर वे लोड पैंती अपन ज्यादा तो, और ट्रक ट्रक वाला लिया मैं कहने ट्रक ट्रक करता हाँ ट्रैक्टर करते अंदर सेंटर लाओ के लग गया, नट टूट रहे ने, नट से गल पक्की है ना, फिर खोल देने कदे बहुत टाइट है, इकड़ा टूट गया बच्चों कढ़ाना पऊगा। दो डिस्क आ दो सैटा वाली माड़ माड़े हो सीधिया हो जाएगी हूँ, लास्ट मेरा सीजन मुके फिर उची बट दी बिल्लू कह बैग चढ़ा ला कहू मन फिर बस बस जहाँ फिर पिग लगे तो भी शाम को ट्रैक्टर हो गया खड़िया थले डिस्क बस ओके काम हूँ अपना। हाँ बस हूँ नहा नू ला पटियाले चल दे भाई बाजार चौथी खड़े रहांगे उधर जोत ਪਰਨਾ ਬੰਨ ਰਿਹਾ ਉਹਦੇ ਅੱਛਾ ਚੈਂਪੀਅਨ ਦੇ ਇਹ ਦੋਏ ਨਾ ਦੋਏ ਭਾਈ ਇਹ ਤੇ ਪਰਨਾ ਬੰਨਦੇ ਕਰੂਏ ਨੂੰ ਕਹਿੰਦੇ ਮੈਂ ਇਹ ਬੰਨ ਮੇਰੇ ਬੰਨ ਹਾਂ ਵਧੀਆ ਗੱਲ ਆ 12 ਲੱਖ ਦੇ ਮੜ ਜਾ ਚਾਹੀਦੇ ਨਾ ਨਾ ਬਹੁਤ ਵਧੀਆ ਆ ਸਾਈਕਲ ਦਵਾਇਆ ਫਿਰ ਉਹ ਕਹਿੰਦਾ ਸਾਈਕਲ ਦੇਣਾ ਫਿਰ ਮਾਹੋ ਵੀ ਸਾਈਕਲ ਦੇ ਦਾ ਤੂੰ ਵਧੀਆ ਵਧੀਆ ਤਾਂ ਬਹੁਤ ਵਧੀਆ ਗੱਲ ਆ ਮਾਹ ਤੂੰ ਸਾਈਕਲ ਲੇਗਾ 12 ਰੱਖ ਲਾ ਹਾਂ ਮੇਰੇ ਖੇੜੇ ਪੈ ਗਿਆ ਤਾਂ ਬਾਪਾ ਤੂੰ ਵੀ ਰੱਖ ਲਾ ਅੱਛਾ ਮਾਹ ਤੇ ਆਪੇ ਹੀ ਕਰ ਲੈ ਮੈਂ ਤਾਂ ਕਹਿ ਕੇ ਚੱਲ ਹੌਲੀ ਹੌਲੀ ਰੱਖ ਲਿਓ ਰੱਖ ਲਾਂਗੇ ਵਧੀਆ ਬਾਲ ਵੀ ਥੋੜੇ ਹੋ ਰਹਿ ਗਏ ਹੁਣ ਤਾਂ सही गल पुठी जोड़ी हाँ आप उल्टे जोर मार रहे थे नट नू कसे रहे थे जदे सियाना बंदा सियाना नहा के हो गया रेडी बाई की वेट कर रहे निम्मे की पटियाले सुपर सीटर का समान जहाँ लेने जाना एक तो एक स्प्रिंग जहा बैरिंग ने एक थोड़ा जहा भाबना भी काम करना नाल जाके बई जो हूँ फिर फड़ लियावे आ फिर चूहे पिछे भजे एक आ फिर चूहा हाँ हाँ जी हाँ पुत देख 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 गड्डी सा जे बई फिर आप चल दें निम घर तो अस निकले आए समान सब तू चक लिया बई को पाया आ मेरे को पंजा डिस्क आई वाला समान जरा सीधा करा अज मौसम भी रब की कृपा ना पूरा सहारा ही होया पाया मौसम तो बहुत वधिया हो ठंडी हवा आ रही है भाई पहाड़ी इलाके वाली फील आ रही है हाँ सही गल हाँ घर च कि पेंटिंग ए लग रहा पेंटिंग जी हाँ मेरे एन याद हो गया चंगी तरह आहो कुछ ना कुछ मोसल ने चल भाई चलिए गर्द खासी हो पैंदी है गर्द खासी पैंदी अख अखून होना चाहिए चल भाई उन्हें कर देने आपे सीधिया चल रहे पटियाले वाले काम बैरिंग लेने हूँ है ना पहले आप बैरिंग लेने फिर आप दवाई बदल के लियानी स्प्रे वाली ओके लक्कड़ मंडी चलो आप साई मार्केट जावे हूँ बिचे बिच लक्कड़ मंडी चलो पै गए कंडिया कुंडिया जहाँ पर उड़ीदार गेटा
ਟੋਕਾ ਟੋਕਾ ਜਾਂ ਇੱਥੇ ਵਿਕਦਾ ਹਨਾ ਚਰੀ ਡਾਂਡੇ ਜੇ ਬਈ ਸਵੇਰੇ ਬਈ ਹਾਂ ਚਰੀ ਟੋੜੀ ਪੁੱਛਣਾ ਉਹ ਪਤਾ ਲੱਗ ਜਾ ਇਹ ਕੰਡੇ ਵਾਲੇ ਦੱਸ ਦਿੰਦੇ ਬਈ ਮੇਨ ਇੱਥੇ ਲੱਕੜ ਦਾ ਕੰਮ ਸਾਰਾ ਦਿਨ ਚੱਲੀ ਜਾਂਦਾ ਲੱਕੜ ਦਾ ਜੀ ਅੱਜ ਤਾਂ ਦਾਦਾ ਵੀ ਕਰਦਾ ਅੱਜ ਥੋੜੀ ਜਿਹੀ ਮੀਂਹ ਮੂ ਕਰਕੇ ਨਹੀਂ ਰੇੜਾ ਆ ਗਿਆ ਕੋਈ ਟਰਾਲੀ ਪਾਕੀ ਐ ਹੋ ਜਾਂਦਾ ਮਿੱਟੀ ਵੌੜਦੀ ਆ ਹਾਂ ਨਾਰ ਦਾ ਨਾ ਚਾਹੂਗਾ ਲੋਤਰ ਵਾਲੇ ਚਲੇ ਗਏ ਪਰ ਚਲੇ ਉਧਰ ਵਾਗੇ ਪਰਾਂ ਵਾਗੇ ਹੁਣ ਆਪਾਂ ਚੱਲੇ ਸਾਈ ਮਾਰਕੀਟ ਸਾਈ ਮਾਰਕੀਟ ਸਾਹਮਣੇ ਹੀ ਆ ਬਸ ਬੈਰਿੰਗ ਲਈਏ ਹੁਣ ਪਹਿਲਾਂ ਇੱਕ ਨੋਜ਼ ਪਲਾਸਟਿਕ ਬੈਰਿੰਗ ਪੰਜ ਬੈਰਿੰਗ ਪੰਜ ਲੈਣੇ ਆ ਪੰਜ ਛੇ ਇੱਕ ਵਾਲ ਧੋ ਲੈ ਫਿਰ ਭਾਵੇਂ ਲੈ ਲਾਂਗੇ ਬਾਈ ਪੰਜਾਬ ਵਾਲਿਆਂ ਦੇ ਬੈਰਿੰਗ ਲੰਨੇ ਹੁਣ ਜਾ ਕੇ ਬੈਰਿੰਗ ਆਪਾਂ ਲੈ ਲੈ ਐਨਬੀਸੀ ਦਾ ਕਿੰਨੇ ਦਾ ਕਰਦੇ 250 ਦਾ ਬੈਰਿੰਗ ਇਹ ਆਪਾਂ ਕਿਹੜਾ ਲਿਆ ਇਹ 100 ਦਾ ਵੀ ਕੰਪਨੀ ਆ ਵਧੀਆ ਇਹ HCH ਇਹ 100 ਦਾ ਕਹਿੰਦੇ ਆਹੀ ਆਉਂਦਾ ਹੁਣ ਵਧੀਆ ਬੈਰਿੰਗ ਨੇ ਦੂਆ ਦਾ ਮਹਿੰਗਾ ਬਹੁਤ ਪੈਣਾ ਦਾ ਉਹ ਨਿਊਜ਼ ਪਲਾਸ ਦੇ ਲੈ ਲਈ ਕੀ ਹੁੰਦਾ ਹੁਣ ਚਲੋ ਦੇਖ ਇਹਨੂੰ ਹਾਂ ਇਹ ਦੱਬਾ ਅੰਦਰ ਦੱਬਾ ਠੀਕ ਆ ਕਿੰਨੇ ਦਾ ਇਹ 150 ਦਾ ਲਾਸ ਲੈ ਲਿਆ ਆਪਾਂ ਹੁਣ ਆਪਾਂ ਜਾਣਾ ਉਹਨਾਂ ਦੇ ਬਾਈ ਦੇ ਜਿਹਦੇ ਆਪਾਂ ਨੈਟ ਵਾਲੀ ਉਤਾਰ ਜੀ ਲਿਖਦੇ ਬਾਈ ਜਿਹੜੇ ਉਹ ਗਊਸ਼ਾਲਾ ਰੋਡ ਅੱਛਾ ਅੱਛਾ ਉਹ ਕਹਿੰਦੇ ਦਾ ਇੱਥੇ ਮੋੜਾ ਮਾਰਕੀਟ ਵਾਲੀ ਸਾਈਡ ਠੀਕ ਆ ਠੀਕ ਆ ਆਪਾਂ ਇੱਧਰੋਂ ਲੰਘ ਜਾਂਗੇ ਕਿਹੜੀ ਮਾਰਕੀਟ ਪੈ ਗਈ ਆ ਇੱਧਰੋਂ ਆ ਗਊਸ਼ਾਲਾ ਰੋਡ ਕਿੰਨੂੰ ਕਹਿ ਰਿਹਾ ਤੂੰ ਹਾਂ 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 ਆ ਕਿਹੜੀ ਹੈ ਮਨੋਤਰਾ ਦਾ ਮਾਰਕੀਟ ਕਿਹੜੀ ਪੈ ਗਈ ਇੱਧਰੋਂ ਸ਼ੇਰ ਵਾਲਾ ਗੇਟ ਵੱਜਦਾ ਇਹ ਨਾਰਦਾਨਾ ਚੌਂਕ ਆ ਇਹ ਨਾਰਦਾਨਾ ਚੌਂਕ ਤੋਂ ਸਿੱਧਾ ਸ਼ੇਰ ਵਾਲਾ ਗੇਟ ਨਿਕਲਾਂਗੇ ਆਪਾਂ ਹਾਂ 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 ਆਸੋ ਲੈ ਕੇ ਆਪਾਂ ਉਹ ਚਿੱਪ ਜੀ ਲੈਣੀ ਐ ਮਜਾ ਨਾਲ ਠੀਕ ਆ ਅਗੇ ਇਹਨਾਂ ਦੇ ਲੈਣਾ ਬਈ ਇਹਨਾਂ ਦੇ ਵਿੱਕੀ ਆ ਜਾ ਫਾਇਰ ਸਟਿਕ 2400 ਦੀ ਮਿਲੀ ਆ ਹੁਣ ਆਪਾਂ ਜਾਣਾ ਹੈ ਨਾਜ ਮੰਡੀ ਨਾਜ ਮੰਡੀ ਚਲੋ ਹੁਣ ਉਹ ਦੇਖੀ ਪਾਇਰੇ ਚ ਕਾ ਦਿੱਤੇ ਤੇ ਨਾ ਅਹੀਂ ਹੱਲਾ ਫੁੱਟਾ ਦੇ ਲੈਦੇ ਹਾਂ ਪਾਇਆ ਹਲੇ ਤੇਲ ਪਿਆ ਨਹੀਂ ਹਲੇ ਤਾਂ ਯਾਰ ਕਾਣਾ ਆ ਉਹਦਾ ਉਹੀ ਫੱਟ ਕੇ ਫੱਟੇ ਬੱਸ ਸਟੈਂਡ ਦੇ ਪਿਛਲੇ ਪਾਸੇ ਬਸ ਪਹੁੰਚਣ ਵਾਲੇ ਆਪਾਂ ਵਿੱਚ ਵਿੱਚ ਆ ਗਏ ਸੜਕ ਛੋਟੀ 12 ਤਰੀ ਜਾਂਦੀ ਸੜਕ ਇਹ ਬੈਗ ਹਾਂ ਅੱਗੇ ਟੀਵੀ ਹਸਪੀਟਲ ਹਾਂ ਹਾਂ ਉਹ ਆ ਗਿਆ ਸਾਹਮਣੇ ਬੱਸ ਸਟੈਂਡ ਵਾਲਾ ਆ ਗਿਆ ਪੁਰਾਣਾ ਬੱਸ ਸਟੈਂਡ ਉਰੇ ਤੇ ਆਪਾਂ ਕੀ ਲੈਣਾ ਹੁਣ ਆਪਾਂ ਬਈ ਗੋਭੀ ਦੇ ਪੇਡੇ ਲੈਣੇ ਆ ਕੰਮ ਅੱਗੇ ਤੇ ਕੇ ਯਾਦ ਆਈ ਜਾਂਦੇ ਯਾਦ ਆਈ ਤਾਂ ਆਪਾਂ ਜਿਹੜੇ ਹੁਣ ਨਵੇਂ ਲੰਘ ਰਹੇ ਆਪਾਂ ਉਹਨੇ ਮੇਰੇ ਯਾਦ ਆ ਗਿਆ ਆ ਦੇ ਕੋਲੇ ਮਿਲ ਜਾਣੇ ਆ ਪੌਦ ਆਪਾਂ ਨੂੰ ਬਾਪਾ ਪੌਦ ਲੈ ਕੇ ਫਿਰ ਉੱਥੇ ਚੱਲਦੇ ਆ ਨਾਜ ਮੰਡੀ ਮਲੇਰਕੋਟਲੇ ਵਾਲਿਆਂ ਦੇ ਆ ਗਏ ਗੋਭੀ ਲੰਦੇ ਲੰਦੇ ਨੇ ਲਾਸਣ ਵੀ ਲੈ ਲਿਆ ਮੋਟੀ ਗੱਲ ਇਹ ਕਿਲੋ ਚ 8 ਚੜਦੇ ਆ ਪੀਸ ਨਵੀਂ ਵੈਰਾਈਟੀ ਲਾ ਕੇ ਦੇ ਗੁਜਰਾਤ ਦੀ ਵੈਰਾਈਟੀ ਆ ਬੈੱਡ ਤੇ ਗੁਜਰਾਤ ਦੀ ਨਹੀਂ ਹਾਸਦੇ ਆ ਬਾਈ ਆ ਦੇਖੋ ਗੱਠੀ ਦਿਖਾ ਬਾਈ ਇਹਦਾ 4 ਗੱਠੀਆਂ ਪਿਆ ਕਰਨਗੇ ਸਬਜ਼ੀ ਚ ਜਿਹਦੇ 2 ਜੀਆਂ ਪਰਿਵਾਰ ਉਹ ਇੱਕ ਗੱਠੀ ਪਾ ਦਾ ਨੂੰ ਗੋਭੀ ਦੀ ਪਨੀਰੀ ਵੀ ਕਹੋ ਬਾਈ ਨੂੰ ਨਹੀਂ ਗੋਭੀ ਦੀ ਪਨੀਰੀ ਬਾਈ ਇਹਦਾ ਬੰਦਾ ਹੁਣ ਕਿਧਰ ਨੂੰ ਚੱਲੀਏ ਕੋਈ ਚੜਨਾ ਪੈਣਾ ਦੁਆਰੇ ਪਰ ਉਹ ਜਾ ਕੇ ਹਾਂ ਕੋਲ ਵਾਲਾ ਸਹੀ ਰੁਕ ਕੋਲ ਚੜਦੇ ਆ ਭਈਆ ਪਾਣੀ ਵਾਸਤੇ ਖੂਜੇ ਪਾਣੀ ਪੁਣੀ ਵਾਸਤੇ ਪੱਟਰ ਹਾਂ ਜਿਵੇਂ ਆਪਣੇ ਨੇ ਹਨਾ ਮੇਨ ਬਸ ਕੈਂਡ ਦੇ ਲਵੇ ਆ ਇਹ ਕੰਮ ਅਰੇ ਆ ਰੇਲਵੇ ਆ ਗਿਆ ਸਟੇਸ਼ਨ ਪਟਿਆਲੇ ਦਾ ਆਪਾਂ ਜਾਣਾ ਉਧਰ ਕਿੱਥੇ ਜਾਣਾ ਆਪਾਂ ਨਾਜ ਮੰਡੀ ਉੱਪੀ ਸਾਡੇ ਚੱਲਦੇ ਆਪਾਂ ਮੁੜ ਚੱਲਦੇ ਹਾਂ ਬਸ ਬਸ ਫੈਕਟਰੀ ਏਰੀਆ ਨੂੰ ਪੈ ਗਏ ਬਾਈ ਉਧਰ ਤਾਂ ਬੰਦ ਸੀ ਰਸਤਾ ਇੱਧਰ ਜਾਵਾਂਗੇ ਹੁਣ ਵਿੱਚੇ ਵਿੱਚ ਨਾਜ ਮੰਡੀ ਕੀ ਰਹਿ ਖਾਣ ਨੂੰ ਹੋਰ ਹੋਰ ਫਰਕ ਜੀ ਹਲ ਪਟਿੰਦਰੀ ਵਾਲੇ ਕੋਲ ਜਾਣਾ ਕਿ ਨਾ ਪਟਿੰਦਰੀ ਵਾਲੇ ਤਲਿਆ ਵਾ ਖਰਾਬ ਕਰਦਾ ਨਾ ਫਿਰ ਜੀ ਕਰ ਦਿਓ ਆਪਾਂ ਸਿੱਧਾ ਹੀ ਜਾਂਦਾ ਖਿਓ ਆਉਂਦੇ ਫਿਰ ਤੇ ਰੁਕਣਾ ਪੈ ਜਾਂਦਾ ਸਹੀ ਗੱਲ ਇਹ ਮੋਢੂ ਬਦਲੀ ਜਾਂਦੇ ਹੱਥ ਖੁਸ਼ਬੂ ਖਿੱਚ ਲੈ ਜਾਂਦੇ ਖੁਸ਼ਬੂ ਖਿੱਚ ਲੈ ਜਾਂਦੀ ਆ ਆਪਣਾ ਜ਼ੋਰ ਨਹੀਂ ਚੱਲਦਾ ਖੁਸ਼ਬੂ ਮੂਰੇ ਖੁਸ਼ਬੂ ਆਪਣੇ ਤੇ ਭਾਰੀ ਪੈ ਜਾਂਦੀ ਆ ਸਹੀ ਗੱਲ ਆਪਾਂ ਇੱਧਰੋਂ ਚੱਲਦੇ ਹਾਂ ਮੰਡੀ ਚੱਲ ਭਾਈ ਲਓ ਜੀ ਮੰਡੀ 'ਚ ਆਪਾਂ ਦਵਾਈਆਂ ਚੇਂਜ ਕਰਨੀਆਂ ਸੀ ਸਪਰੇ ਵਾਲੀਆਂ ਕਰ ਲਈਆਂ ਹੁਣ ਚੱਲਦੇ ਹਾਂ ਫਿਰ ਉੱਥੇ ਹੀਰਾ ਬਾਗ ਚੱਕੀ ਉਹ ਖਾ ਲਏ ਜੇ ਕਰੀਆਂ ਨਹੀਂ ਹਲੇ ਬਾਈ ਨੇ ਆ ਜਾ ਅੰਦਰ ਬਹਿ ਜਾ ਕਰਦਾ ਨਾ ਗਏ ਸਮਾਨ ਜਾ ਲੈ ਲਿਆ ਹੁਣ ਨੱਕ ਦੀ ਸੀ ਤੇ ਘਰ ਕੰਨ ਨੂੰ ਖਿੱਚ ਲਿਆ ਫਿਰ ਘਰੇ ਖਿੱਚ ਦੋਨੇ ਬਾਈ ਹੋਰ ਅੱਛਾ ਕੁਛ ਖਾਣਾ ਪੀਣਾ ਦੱਸ ਦੇ ਮੈਨੂੰ ਕੁਛ ਪੀਣਾ ਪੁਣਾ ਹੋਵੇ ਨਾ 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 ਪੀਣਾ ਪੁਣਾ ਦੱਸ ਦੇ ਮੈਨੂੰ ਨਾ ਕੁਛ ਨਹੀਂ ਪੀਣਾ ਬਾਈ ਘਰ ਕੰਨ ਚਲੇ
ਨਿੰਮੇ ਬਾਈ ਅੱਜ ਪੂਰਾ ਜਾਮ ਆ ਹੋਰ ਅੱਜ ਫਿਰ ਟਾਈਮ ਜਾਮ ਵਾਲਾ ਨਾ ਪੂਰਾ ਹਾਂ ਨਹੀਂ ਆਪਾਂ ਨੂੰ ਮਿਲਿਆ ਨਹੀਂ ਦਾ ਹੁਣ ਜਾਮ ਕਈ ਦਿਨਾਂ ਤੋਂ ਅਸੀਂ ਮੋਟਰ ਤੇ ਆਪਾਂ ਸੁੱਕੇ ਤੇ ਖਾਲੀ ਏ ਚ ਆਪਣਾ ਟਾਈਮ ਹੋਰ ਤਾਂ ਫਿਰ ਹਾਂ ਅੱਜ ਸ਼ਾਮ ਹੋ ਗਈ ਦੁਪਹਿਰ ਨੂੰ ਘੱਟ ਹੁੰਦਾ ਲੱਗਿਆ ਜਾਮ ਲਾ ਹੁਣ ਕੱਤੇ ਖੜੇ ਆਪਾਂ ਦੇਖ ਲਾ ਹੋਰ ਮਾਨ ਘਰੇ ਬਾਈ ਦਾ ਪਹੁੰਚਾ ਤਿਆ ਇੱਕ ਦੋ ਦਿਨ ਚ ਕਰਾਂਗੇ ਹੁਣ ਫਿੱਟ ਹੈ ਨਾ ਹੋਰ ਕੰਮ ਨਿਬੇੜਦੇ ਆ ਕਿ ਛੁੱਟੀ ਮੋੜਦੇ ਹੁਣ ਉਹ ਵੀ ਸ਼ਾਮ ਟਾਈਮ ਹੋ ਗਿਆ ਦੋ ਤਿੰਨ ਘੰਟੇ ਦਾ ਕੰਮ ਆ ਦੇਖਿਆ ਪੂਰੇ ਪਾਉਣੇ ਫਿਰ ਆਪਾਂ ਕਰਦੇ ਆ ਟਕਾਈ ਬਾ ਫਿਨਿਸ਼ ਫਿਰ ਤਾਂ ਕੰਮ ਆ ਵੀ ਓਕੇ ਹੋ ਕੇ ਕਰਕੇ ਖੜਾ ਦਾਂਗੇ ਓਕੇ ਖੜਾ ਦਾਂਗੇ ਆਪਾਂ ਨੇ ਚਲੋ ਠੀਕ ਆ ਸਰ ਚਾਹ ਪਾਣੀ ਕੋਈ ਚਲੋ ਜੀ ਪਹੁੰਚ ਗਏ ਘਰੇ ਤੇ ਵੀਡੀਓ ਤਾਂ ਬਾਈ ਆਪਾਂ ਐਂਡ ਇੱਥੇ ਹੀ ਕਰਦੇ ਹਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ